ਤੇ ਉਹ ਮਿਲਣੀ ਜਿਹੜੀ ਉਹ ਬੜੀ ਭਾਵਪੂਰਤ ਸੀ ਕਿਉਂਕਿ ਭਾਈ ਤਾਰੂ ਸਿੰਘ ਦੇ ਪਿਤਾ ਜੀ ਪਹਿਲਾਂ ਸ਼ਹੀਦ ਹੋ ਚੁੱਕੇ ਸਨ। ਉਹਨਾਂ ਨੇ ਆਪਣੀ ਮਾਤਾ ਦੀ ਆਪਣੀ ਭੈਣ ਦੀ ਸਾਰੀ ਜ਼ਿੰਮੇਵਾਰੀ ਪਿੰਡ ਦੇ ਕੁਝ ਲੋਕਾਂ ਨੂੰ ਸੌਂਪ ਕੇ ਤੇ ਮਾਂ ਨੂੰ ਅਖੀਰਲੀ ਫਤਿਹ ਬੁਲਾਈ ਤੇ ਮਾਂ ਨੇ ਭੈਣ ਨੇ ਜਦੋਂ ਭਰੇ ਹੋਏ ਗੱਚ ਦੇ ਨਾਲ ਭਾਈ ਤਾਰੂ ਸਿੰਘ ਨੂੰ ਵਿਦਾ ਕੀਤਾ ਤੇ ਭਾਈ ਤਾਰੂ ਸਿੰਘ ਨੇ ਇੱਕੋ ਹੀ ਗੱਲ ਆਖੀ ਸੀ ਕਿ ਮਾਂ ਜਦੋਂ ਤੁਹਾਨੂੰ ਆਪਣੇ ਪੁੱਤਰ ਦੀ ਯਾਦ ਆਵੇ ਚੇਤਾ ਆਵੇ ਤੇ ਆਪਣੀ ਸੁਰਤ ਨੂੰ ਸਰਹੰਦ ਦੀਆਂ ਦੀਵਾਰਾਂ ਦੇ ਵਿੱਚ ਚਿਨੇ ਹੋਏ ਬਾਬਾ ਜ਼ੋਰਾਵਰ ਸਿੰਘ ਤੇ ਫਤਿਹ ਸਿੰਘ ਵੱਲ ਲੈ ਕੇ ਜਾਇਓ। ਤੇ ਮਾਂ ਨੇ ਆਖਿਆ ਪੁੱਤਰਾ ਤੇਰੇ ਤੇ ਮਾਣ ਹੈ ਤੇ ਭਾਈ ਤਾਰੂ ਸਿੰਘ ਨੇ ਵੀ ਆਖਿਆ ਵੀ ਮਾਂ ਮੈਂ ਤੇਰੇ ਦੁੱਧ ਨੂੰ ਲਾਜ ਨਹੀਂ ਲੱਗਣ ਦਿੰਦਾ, ਹਕੂਮਤ ਨੇ ਜਿਹੜੀ ਜ਼ਬਰ ਦੀ ਭੱਠੀ ਬਾਲੀ ਹੋਈ ਹੈ ਉਹਨੂੰ ਆਪਣਾ ਖੂਨ ਫਾ ਕੇ ਠੰਡਾ ਕਰਾਂਗਾ। ਭਾਈ ਤਾਰੂ ਸਿੰਘ ਦੀ ਖੋਪਰੀ ਜਿਹੜੀ ਲਾ ਦਿੱਤੀ ਗਈ, ਬਿਲਕੁਲ ਖੋਪਰ ਉਹਨਾਂ ਦਾ ਲੱਥਾ ਹੈ, ਪਰ ਉਹਨਾਂ ਦਾ ਖੋਪਰ ਲਾਉਣ ਤੋਂ ਪਹਿਲਾਂ ਉਹਨਾਂ ਨੂੰ ਚਰਖੀ ਤੇ ਚਾੜਿਆ ਗਿਆ। ਉਹਨਾਂ ਦਾ ਜਿਹੜਾ ਦਰਸ਼ਨੀ ਸਰੀਰ ਸੀ ਉਹਨੂੰ ਨੂੜ ਕੇ ਰੱਖ ਦਿੱਤਾ ਗਿਆ। ਔਰ ਜਦੋਂ ਚਰਖੀ ਤੋਂ ਲਾਹ ਕੇ ਉਹਨਾਂ ਨੂੰ ਮੁੜ ਦੁਬਾਰਾ ਪੁੱਛਿਆ ਕਿ ਤੁਸੀਂ ਦੀਨੇ ਇਸਲਾਮ ਕਬੂਲ ਕਰਦੇ ਹੋ, ਆਪਣਾ ਧਰਮ ਛੱਡਦੇ ਹੋ, ਤੇ ਭਾਈ ਤਾਰੂ ਸਿੰਘ ਨੇ ਆਖਿਆ ਕਿ 4 ਦਿਨਾਂ ਦੀ ਜ਼ਿੰਦਗੀ ਦੇ ਬਦਲੇ ਮੈਂ ਆਪਣੇ ਧਰਮ ਨੂੰ ਆਪਣੇ ਗੁਰੂ ਨੂੰ ਪੇਟ ਦੇ ਦੇਵਾਂ, ਇਹ ਤੇ ਹੋ ਹੀ ਨਹੀਂ ਸਕਦਾ। ਇਹ ਸੌਦਾ ਬੜਾ ਸਸਤਾ ਹੈ ਤੇ ਏਡਾ ਸਸਤਾ ਸੌਦਾ ਮੈਂ ਗੁਰੂ ਦਾ ਸਿੱਖ ਹੋਣ ਦੇ ਨਾਤੇ ਨਹੀਂ ਕਰ ਸਕਦਾ। ਮੈਂ ਆਪਣੇ ਧਰਮ ਦੇ ਵਿੱਚ ਰਹਿ ਕੇ ਮਰਾਂਗਾ, ਚਾਹੇ ਤੁਸੀਂ ਮੈਨੂੰ ਜਿਹੜਾ ਵੀ ਤਸ਼ੱਦਦ ਮੇਰੇ ਉੱਤੇ ਕਰਨਾ ਹੈ ਮੈਂ ਬਿਲਕੁਲ ਤਿਆਰ ਹਾਂ। ਉੱਥੇ ਜਲਾਦ ਨੂੰ ਮੰਗਾਇਆ ਗਿਆ ਚਰਖੀ ਤੋਂ ਲਾਹ ਕੇ ਉਹਨਾਂ ਨੂੰ। ਜਦੋਂ ਨੀਮ ਬੇਹੋਸ਼ੀ ਦੀ ਹਾਲਤ ਤੋਂ ਹਾਲਤ ਚੋਂ ਫਿਰ ਦੁਬਾਰਾ ਬਾਹਰ ਆਉਂਦੇ ਨੇ, ਹੋਸ਼ ਦੇ ਵਿੱਚ ਆਉਂਦੇ ਨੇ, ਸਿੱਖਾਂ ਤੱਤੀਆਂ ਸਿੱਖਾਂ ਦੇ ਨਾਲ ਤੇ ਜੰਬੂਰਾਂ ਦੇ ਨਾਲ ਉਹਨਾਂ ਦੇ ਮਾਸ ਨੂੰ ਨੋਚਿਆ ਗਿਆ। ਫਿਰ ਇੱਥੋਂ ਮੁੜ ਦੁਬਾਰਾ ਫਿਰ ਉਹਨਾਂ ਨੂੰ ਹਕੂਮਤ ਦਾ ਜਿਹੜਾ ਉੱਥੇ ਬਣਿਆ ਹੋਇਆ ਕੈਦ ਖਾਨਾ ਸੀ ਉਹਦੇ ਵਿੱਚ ਰੱਖਿਆ ਗਿਆ। ਫਿਰ ਦੁਬਾਰਾ ਉਹਨਾਂ ਨੂੰ ਅਗਲੇਰੀ ਪੇਸ਼ੀ ਜਿਹੜੀ ਉਹਨਾਂ ਦੀ ਕਚਹਿਰੀ ਦੇ ਵਿੱਚ ਹੁੰਦੀ ਹੈ ਉੱਥੇ ਕਿਹਾ ਜਾਂਦਾ ਕਿ ਤੁਸੀਂ ਆਪਣੇ ਧਰਮ ਨੂੰ ਛੱਡ ਦਿਓ, ਪਰ ਭਾਈ ਤਾਰੂ ਸਿੰਘ ਨੇ ਆਖਿਆ ਕਿ ਨਹੀਂ, ਸਾਡੀ ਸਿੱਖੀ ਕੇਸਾਂ ਸਵਾਸਾਂ ਸੰਗ ਨਿਭੇਗੀ। ਫਿਰ ਛਪਾਈ ਨੂੰ ਇਹ ਜਦੋਂ ਕਿਹਾ ਗਿਆ ਕਿ ਤੁਸੀਂ ਕਾਜ਼ੀ ਨੂੰ ਬੁਲਾ ਕੇ ਲੈ ਕੇ ਆਓ, ਕਾਜ਼ੀ ਨੇ ਫਤਵਾ ਪੜ੍ਹਿਆ, ਇਹ ਗੱਲ ਕਹੀ ਗਈ ਕਿ ਇਹਨਾਂ ਦਾ ਜਿਉਂਦੇ ਜੀ ਖੋਪਰ ਉਤਾਰ ਦਿੱਤਾ ਜਾਵੇ। ਖੋਪਰ ਤੋਂ ਬਾਅਦ ਫਿਰ ਕਹਿੰਦੇ ਜ਼ਕਰੀਆ ਖਾਨ ਨੂੰ ਵੀ ਤੜਫੜ ਕੇ ਮਰਨਾ। ਸਾਡੇ ਇਤਿਹਾਸਕਾਰ ਲਿਖਦੇ ਨੇ ਕਿ ਭਾਈ ਤਾਰੂ ਸਿੰਘ ਨੂੰ ਜਦੋਂ ਉਹਨਾਂ ਦੀ ਖੋਪਰੀ ਲਾ ਕੇ ਕਚਹਿਰੀ ਦੇ ਬਾਹਰ ਬਾਰ ਖਾਈ ਦੇ ਵਿੱਚ ਸੁੱਟ ਦਿੱਤਾ ਗਿਆ, ਉੱਥੇ ਉਹ ਕੁਝ ਦਿਨ ਨੀਮ ਬੇਹੋਸ਼ੀ ਦੀ ਹਾਲਤ ਦੇ ਵਿੱਚ ਲਏ। ਉਸ ਵੇਲੇ ਦੇ ਜਿਹੜੇ ਗੁਰਸਿੱਖ ਸਨ ਉਹਨਾਂ ਨੇ ਉਹਨਾਂ ਦਾ ਦਵਾ ਦਾਰੂ ਦਾ ਪ੍ਰਬੰਧ ਕੀਤਾ ਤੇ ਉੱਧਰ ਜ਼ਕਰੀਆ ਖਾਨ ਨੂੰ ਪਿਸ਼ਾਬ ਦਾ ਬੰਨ ਪਿਆ ਸੀ। ਗੁਰੂ ਕੇ ਖਾਲਸੇ ਨੇ ਮਤਾ ਕੀਤਾ ਕਿ ਜੇ ਜ਼ਕਰੀਆ ਖਾਨ ਨੂੰ ਆਪਣੀ ਗਲਤੀ ਦਾ ਅਹਿਸਾਸ ਹੈ ਤੇ ਫਿਰ ਭਾਈ ਤਾਰੂ ਸਿੰਘ ਦੀ ਜੁੱਤੀ ਕੁਝ ਸ਼ਰਤਾਂ ਦੇ ਤਹਿਤ ਉਹ ਭਾਈ ਸ਼ਵੇਕ ਸਿੰਘ ਦੇ ਰਾਹੀਂ ਉੱਥੇ ਭੇਜੀ ਗਈ ਤੇ ਉਹ ਜੁੱਤੀਆਂ ਜਦੋਂ ਜ਼ਕਰੀਆ ਖਾਨ ਦੇ ਸਿਰ ਦੇ ਵਿੱਚ ਵੱਜਦੀਆਂ ਨੇ ਤੇ ਉਹਦੀ ਪਿਸ਼ਾਬ ਦੀ ਸਮੱਸਿਆ ਹੱਲ ਹੁੰਦੀ ਔਰ ਇਹ ਜੁੱਤੀਆਂ ਜਦੋਂ ਜ਼ਕਰੀਆ ਖਾਨ ਦੇ ਸਿਰ ਦੇ ਵਿੱਚ ਪਈਆਂ ਤੇ 4 ਦਿਨ ਬਾਅਦ ਉਹ ਜਿਉਂਦਾ ਰਿਹਾ ਤੇ ਫਿਰ ਉਹਦੀ ਆਪਣੀ ਮੌਤ ਹੋ ਗਈ ਤੇ ਉਹਦੇ ਇਸ ਸੰਸਾਰ ਤੋਂ ਜਾਣ ਤੋਂ ਬਾਅਦ ਭਾਈ ਤਾਰੂ ਸਿੰਘ ਜੀ ਫਿਰ ਜਾਮੇ ਸ਼ਹਾਦਤ ਪੀ ਲਓ। ਅਖੰਡ ਬਾਣੀ ਦੇ ਨਾਲ ਜੁੜੇ ਹੋ ਤੇ ਮੈਂ ਹਾਂ ਤੁਹਾਡਾ ਆਪਣਾ ਗੁਰਦਿਆਲ ਸਿੰਘ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਬਹੁਤ ਵੱਡੇ ਇਤਿਹਾਸ ਦੇ ਨਾਲ ਤੁਹਾਨੂੰ ਜੋੜਨ ਜਾ ਰਹੇ ਹਾਂ। ਅੱਜ ਅਸੀਂ ਪਹੁੰਚੇ ਹਾਂ ਜੀ ਪਿੰਡ ਪੂਲਾ ਵਿਖੇ। ਪੂਲਾ ਪਿੰਡ ਜਿਹੜਾ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਦੀ ਅਦਭੁਤ ਸ਼ਹਾਦਤ ਕਰਕੇ ਜਾਣਿਆ ਜਾਂਦਾ ਹੈ। ਇਹੀ ਪਿੰਡ ਜਿਹੜਾ ਵਾ ਭਾਈ ਸਾਹਿਬ ਜੀ ਦਾ ਜਨਮ ਸਥਾਨ ਹੈ। ਇਸੇ ਜਗ੍ਹਾ ਤੋਂ ਭਾਈ ਸਾਹਿਬ ਜੀ ਦੀ ਗ੍ਰਿਫਤਾਰੀ ਹੁੰਦੀ ਹੈ। ਅੱਜ ਵੀ ਉਹ ਪੁਰਾਤਨ ਖੂਹ ਜਿਹੜਾ ਵਾ ਇੱਥੇ ਮੌਜੂਦ ਹੈ ਜਿੱਥੇ ਭਾਈ ਸਾਹਿਬ ਆਪਣੀ ਖੇਤੀਬਾੜੀ ਦਾ ਕਾਰਜ ਕਰਿਆ ਕਰਦੇ ਸੀ। ਇਸੇ ਜਗ੍ਹਾ ਤੋਂ ਲੰਗਰ ਭੰਡਾਰੇ ਤਿਆਰ ਹੋ ਕੇ ਜਿਹੜੇ ਸਿੱਖ ਜਿਹੜੇ ਆ ਰੂਪੋਸ਼ ਸਨ, ਜਿਹੜੇ ਜੰਗਲਾਂ ਬੇਲਿਆਂ ਦੇ ਵਿੱਚ ਰਹਿੰਦੇ ਸਨ, ਉਹਨਾਂ ਵਾਸਤੇ ਲੰਗਰ ਭੰਡਾਰੇ ਇਸੇ ਸਥਾਨ ਤੋਂ ਤਿਆਰ ਹੋ ਕੇ ਜਾਇਆ ਕਰਦੇ। ਬਹੁਤ ਛੋਟਾ ਜਿਹਾ ਪਿੰਡ ਹੈ, ਇੱਥੋਂ ਥੋੜ੍ਹੀ ਦੂਰ ਪਾਕਿਸਤਾਨ ਦਾ ਏਰੀਆ ਅਤੇ ਇਧਰਲੇ ਪਾਸੇ ਪੱਟੀ ਦਾ ਏਰੀਆ। ਇਹਦੇ ਬਿਲਕੁਲ ਸੈਂਟਰ ਦੇ ਵਿੱਚ ਕੇਂਦਰ ਬਿੰਦੂ ਹੈ ਭਿੱਖੀਵਿੰਡ। ਭਿੱਖੀਵਿੰਡ ਜਦੋਂ ਵੀ ਤੁਸੀਂ ਆਉਣਾ ਹੈ ਇਸ ਮਾਝੇ ਦੀ ਧਰਤੀ 'ਤੇ, ਜਦੋਂ ਵੀ ਆਓ ਤਾਂ ਇੱਕ ਵਾਰੀ ਦਰਸ਼ਨ ਜ਼ਰੂਰ ਕਰੋ। ਜ਼ਿਲ੍ਹਾ ਤਰਨ ਤਾਰਨ ਦਾ ਇਲਾਕਾ ਹੈ। ਜੇ ਅੰਮ੍ਰਿਤਸਰ ਵਾਲੀ ਸਾਈਡ ਤੋਂ ਆਓ ਤਾਂ ਵੀ ਭਿੱਖੀਵਿੰਡ ਚੌਂਕ ਲੱਗੂਗਾ। ਜੇ ਤੁਸੀਂ ਫਿਰੋਜ਼ਪੁਰ ਵਾਲੀ ਸਾਈਡ ਹਰੀਕਾ ਵਾਲਾ ਰੋਡ ਆਉਣਾ ਤਾਂ ਵੀ ਤੁਹਾਨੂੰ ਭਿੱਖੀਵਿੰਡ ਹੀ ਕੇਂਦਰ ਬਿੰਦੂ ਇਸ ਜਗ੍ਹਾ ਦਾ ਹੈ। ਜਦੋਂ ਵੀ ਤੁਸੀਂ ਆਓ ਭਿੱਖੀਵਿੰਡ ਚੌਂਕ ਦੇ ਵਿੱਚੋਂ 2-2.5 ਕਿਲੋਮੀਟਰ ਦੀ ਦੂਰੀ 'ਤੇ ਇਹ ਪਿੰਡ ਪੂਲਾ ਜਿਹੜਾ ਵਸਿਆ ਹੋਇਆ ਅਤੇ ਇਸੇ ਜਗ੍ਹਾ 'ਤੇ ਭਾਈ ਤਾਰੂ ਸਿੰਘ ਜੀ ਦੀ ਸਾਰਾ ਇਤਿਹਾਸ ਜਿਹੜਾ ਬਹੁਤ ਵੱਡਾ ਇਤਿਹਾਸ ਹੈ ਸਿੱਖਾਂ ਦਾ ਅਤੇ ਸਿੱਖ ਕੌਮ ਨੂੰ ਮਾਣ ਮੱਤਾ ਇਤਿਹਾਸ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਪੁਲਿਆਂ ਵਾਲੇ। ਆਓ ਚੱਲਦੇ ਹਾਂ ਦਰਬਾਰ ਸਾਹਿਬ ਦੇ ਅੰਦਰ, ਨਾਲੇ ਜਾਣਦੇ ਪੂਰਾ ਇਤਿਹਾਸ, ਨਾਲੇ ਤੁਹਾਨੂੰ ਕਰਾਉਂਦੇ ਹਾਂ ਦਰਸ਼ਨ ਮੇਲੇ। ਦਰਬਾਰ ਸਾਹਿਬ ਦੇ ਅੰਦਰ ਪਹੁੰਚ ਗਏ ਹਾਂ ਅਤੇ ਪਹਿਲੀ ਤਸਵੀਰ ਤੁਹਾਨੂੰ ਦਿਖਾ ਦਈਏ। ਇਹ ਉਹ ਪੁਰਾਤਨ ਖੂਹ ਹੈ ਜਿਸ ਜਗ੍ਹਾ ਤੋਂ ਭਾਈ ਸਾਹਿਬ ਜੀ ਦੀ ਗ੍ਰਿਫਤਾਰੀ ਹੁੰਦੀ ਹੈ। ਅੱਜ ਵੀ ਇਹ ਖੂਹ ਦੀਆਂ ਟਿੰਡਾਂ ਜਿਹੜੀਆਂ ਉਸੇ ਤਰ੍ਹਾਂ ਸੰਗਤਾਂ ਵੱਲੋਂ ਸੰਭਾਲ ਕੇ ਰੱਖੀਆਂ ਗਈਆਂ ਹੋਈਆਂ। ਆਪਾਂ ਅੰਦਰ ਦੀਆਂ ਤਸਵੀਰਾਂ ਵੀ ਤੁਹਾਨੂੰ ਦਿਖਾ ਦਿੰਦੇ ਹਾਂ, ਤੁਸੀਂ ਦੇਖ ਸਕਦੇ ਹੋ ਕਿ ਅੱਜ ਵੀ ਉਸੇ ਤਰ੍ਹਾਂ ਇਹ ਟਿੰਡਾਂ ਜਿਹੜੀਆਂ ਨੇ
ये मौजूद ने सेवादारा वालों इस उपर छत पा के इस पूरी तरह संगत के दर्शन मेलों वास्ते संभाल के रख्या होया। इस दरबार के जो भी तुम आओ तो लंगर 24 घंटे मिलेगा, नाल दी नाल सरोवर बनया होया, लंगर हाल बनया होया, संगतों के रहन वास्ते पूरा प्रबंध है। अजकल इस दरबार की सेवा जी है वह भाई साहब भाई गुर इकबाल सिंह जी माता कौला भलाई सेवा सोसायटी वाले जोड़े वो निभा रहे हैं। सो इस दरबार से जो भी तुम आओ एक बार दर्शन जरूर करो तो अपने जीवन में सफला जरूर करो। सो अज असी तुहानू दिखा रहे हैं भाई तारू सिंह जी भूलिया वाले उन्होंने जद्दी पिंड तो तस्वीर तुम दिखा रहे हैं। सो ये उन्हों का पवित्र अस्थान है, इत्थे ही उन्हों का जन्म हुंदा है, इस ही जगह पर बैठ के वो अपना खेतीबाड़ी का काम करया करदे सी। मेरे नाल जुड़ रहे हैं भाई साहब भाई निर्मल सिंह जी जो इतिहास की सांझ साडे नाल पाउणगे। आओ फतेह की सांझ पाउने आ ते करदे आ गलबात। वीर जी वाहिगुरू जी का खालसा वाहिगुरू जी वाहिगुरू जी का खालसा वाहिगुरू जी की फतेह। हाँ जी भाई साहब जी, जे आप भाई साहब जी के मुढ़ले जीवन से झात मारनी हो तो किवें मारांगे? भाई तारू सिंह जी का जन्म पिंड पूला अजोका जिला तरन तारण के होया जी। उन्होंने परिवार के 3 जी सन, उन्होंने पिता जी की शहादत सरदार सवर्ण सिंह जी चूसलेवड़ लिखते हैं कि सरहद के सूबेदार वजीर खान के नाल जदों गुरु गोबिंद सिंह महाराज जी की जंग होंगी है खिदराने की ढाब से, मुक्तसर की लड़ाई के भाई जोत सिंह जी शहीद होए सन, जिहड़े वो उन्होंने पिता सन। और उन्होंने पिता तो इलावा भाई तारू सिंह जी आप, उन्होंने माता धर्म कौर जी, तो भाई तारू सिंह तो उम्र के छोटे उन्होंने भैन बीबी तारू, जिहड़े कहा जाता है कि उन्होंने पति की मौत हो चुकी सी और वो अपने पेके परिवार के इत्थे पिंड पूले के ही रहिंदे सन। भाई तारू सिंह जी पूर्ण गुरसिख रब्बी बाणी के रंगे हुए गुरु के सिख, जिहड़े जिथे अपनी धर्म की किरत करते हैं उत्थे रब्बी बाणी का कीर्तन बड़ा सोहना कर लेंदे सन। जी आप उन्होंने अपना शहादत की गल करनी हो भी इन्ने गुर सिख सन, कीर्तन दे रसीए सन, बाणी पढ़ने वाले सन, मिठत सुभाव वाले सन, उन्हों की शहादत जी होंगी है वो ऐसे के कारण होए जिन्हों के करके उन्होंने एड्डी वड्डी सज़ा जी मिली? असल दे विच नगर पूले दे विच जो भाई तारू सिंह जी रहिंदे ने ते सारे इलाके दे विच हकूमत का उस वेले बड़ा वड्डा जबर चल रहा सी, क्योंकि जदों 1716 ईस्वी के बाबा बंदा सिंह बहादुर की शहादत होंगी है तो उस तो बाद लगभग 50-70 साल गुरु के सिखां दीआं शहादतां होंदीआं है, जिहदे विच सरदार तारा सिंह वां, भाई मनी सिंह, सरदार शवेक सिंह, शाहबाज सिंह, भाई तारू सिंह जी ते होर गुरु के सिखां दीआं शहादतां होंदीआं ने। कहा जाता है कि भाई तारू सिंह जी के जीवन के उत्ते सरदार तारा सिंह वां वाले जिहड़े सन उन्हां दा बड़ा प्रभाव सी उन्हां दी जिंदगी दे उत्ते, उन्हां दे जीवन दे उत्ते। भाई तारू सिंह जी ने भाई मणि सिंह दे जत्थे पासों खंडे बाटे की पौल छकी सी और जिथे वो रब्बी बाणी का कीर्तन करते सन, अपनी धर्म की किरत करते सन, उत्थे गाहे बगाहे आने वाले गुरु के सिखां नूं वो अपने घर दे विचों प्रशादा पाणी छकाउंदे सन। माता धर्म कौर और बीबी तारो जिथे आटा पींदियां उत्थे प्रशादा पानी तैयार करदियां, प्रशाद आए गए गुरु के सिखां दी टहल सेवा अपने भरा भाई उन्हां नूं जाण के उन्हां नूं प्रशादा छकाउणा अपना मुढ़ला कर्म समझदे सन। सो ये सारे कर्म हुकूमत दी नज़र दे विच इक बड़ा वड्डा गुनाह सन। सो ये सारियां रिपोर्टां जदों हुकूमत दे जिहड़े मुखबर जिहड़े टाउट सन, हुकूमत दी दलाली करन वाले जिहड़े पिंडां दे चौधरी नंबरदार सन, उन्हां ने भाई तारू सिंह दीआं रिपोर्टां लाहौर दरबार दे विच जदों पेश कीतियां, सो फिर भाई तारू सिंह दी इस इलाके दे विचों गिरफ्तारी हुंदी है ते बाद विच ਇਹ ਗ੍ਰਿਫਤਾਰੀ ਸ਼ਹਾਦਤ ਦੇ ਰੂਪ ਵਿੱਚ ਕਰ ਦਿਓ ਜਿਹੜੀ ਜਿਆਦਾ ਸਰਕਾਰ ਨੂੰ ਉਹ ਚੁਬੀ ਨਾ ਜਿਹੜੀ ਉਹ ਪੱਟੀ ਵਾਲੇ ਫਕੀਰ ਦੀ ਲੜਕੀ ਛਡਾਈ ਸੀ। ਹਾਂਜੀ ਉਹ ਰਹੀਮ ਬਖਸ਼ ਮਾਸ਼ੀ ਉਹਦਾ ਨਾਮ, ਉਸ ਬਜ਼ੁਰਗ ਬਾਬੇ ਦਾ ਜ਼ਿਕਰ ਸਾਨੂੰ ਮਿਲਦਾ ਏ, ਉਹਦੀ ਬੇਟੀ ਸਲਮਾ ਉਹ ਨੌਜਵਾਨ ਬੱਚੀ ਸੀ, ਮੁਸਲਮਾਨ ਬੱਚੀ ਸੀ ਔਰ ਉਹਨੂੰ ਪੱਟੀ ਦਾ ਫੌਜਦਾਰ ਜਾਫਰ ਬੇਗ ਜ਼ਬਰਦਸਤੀ ਚੁੱਕ ਕੇ ਲੈ ਗਿਆ ਔਰ ਉਹ ਆਪਣੇ ਨਾਲ ਨਿਕਾਹ ਪੜਾਉਣਾ ਚਾਹੁੰਦਾ ਸੀ ਉਹਦਾ, ਜਦੋਂ ਕਿ ਉਸ ਬੱਚੀ ਤੇ ਜਾਫਰ ਬੇਗ ਦੀ ਉਮਰ ਦੇ ਵਿੱਚ ਇੱਕ ਬੜਾ ਵੱਡਾ ਫਰਕ ਸੀ। ਜਦੋਂ ਉਹਦੇ ਪਿਤਾ ਰਹੀਮ ਬਖਸ਼ ਮਾਸ਼ੀ ਨੇ ਸਰਕਾਰੀ ਦਰਬਾਰੇ ਪਹੁੰਚ ਕੀਤੀ ਪਰ ਉਹਦੀ ਦਾਦ ਫਰਿਆਦ ਨੂੰ ਕਿਸੇ ਨੇ ਨਾ ਸੁਣਿਆ। ਅਖੀਰ ਉਹ ਰੋਂਦਾ ਕਰਲਾਉਂਦਾ ਹੋਇਆ ਭਾਈ ਤਾਰੂ ਸਿੰਘ ਜੀ ਦੇ ਕੋਲ ਇਸ ਨਗਰ ਪੂਲੇ ਦੇ ਵਿੱਚ ਆਉਂਦਾ ਹੈ। ਸਾਰੀ ਵਿਥਿਆ ਜਦੋਂ ਉਹਨਾਂ ਨੇ ਆਪਣੀ ਭਾਈ ਤਾਰੂ ਸਿੰਘ ਜੀ ਨੂੰ ਸੁਣਾਈ, ਭਾਈ ਤਾਰੂ ਸਿੰਘ ਜੀ ਨੇ ਉਹਨਾਂ ਦਾ ਇਹ ਸੁਨੇਹਾ ਜੰਗਲਾਂ ਦੇ ਵਿੱਚ ਰਹਿੰਦੇ ਖਾਲਸੇ ਤੱਕ ਪਹੁੰਚਾਇਆ ਅਤੇ ਗੁਰੂ ਕੇ ਸਿੱਖਾਂ ਨੇ ਗੁਰਮਤਾ ਪਾਸ ਕਰਕੇ ਜਾਫਰ ਬੇਗ ਦੇ ਉੱਤੇ ਇੱਕ ਕਾਫਲੇ ਦੇ ਰੂਪ ਦੇ ਵਿੱਚ ਹਮਲਾ ਕੀਤਾ ਔਰ ਉੱਥੋਂ
उस मुसलमान फकीर की बच्ची छुड़ा के वो सपुरद किया। तो हुकूमत की नज़र के अपने आप के एक बड़ा एक विरोधी काम से गुनाह। अच्छा एक एक चीज़ होर बड़ी प्यारी घटना आती है, कहें भी जो भाई साहब न गिरफ़्तार करने वास्ते आए हैं तो माता जी के नाल कुछ गल् हो छपाइया दल्ला उन्हों का जिक्र बहुत विद्वान करते हैं, वो कि गल् जदों हुकूमत के छपाही इस नगर पिंड पूले के आते हैं तो कहा जाता है कि भाई तारू सिंह जी उस वेले खेतों के हल वाह रहे सन जी। जदों उन्होंने पिंडां दे चौधरी और नंबरदारां नूं इकट्ठे करके पुछया कि तुहाडे पिंड दे विच हुकूमत दा बागी रहिंदा है ते तुसीं सानूं अजे तक इहदी सोह नहीं दित्ती, उहदा कारण इह सी कि 1740 ईस्वी दे विच मस्से रंगड़ दा कतल हुंदा है, मस्से रंगड़ नूं उहदी करनी दा फल गुरु के सिख दिंदे ने जी। मस्से रंगड़ दे कतल तों बाद गुरु के सिखां दे उत्ते 27 मुड़ दुबारा फिर आरंभ हुंदी है, जिहदा करके सरकारी मुखबर जिहड़े सन उहनां दे उत्ते सरकार ने थोड़ी जी सख्ती कीती। तो जदों छपाही इत्थे पिंड दे विच आउंदे ने ते माता नूं उन्हां ने कहा कि तुहाडे पुत नूं असीं लाहौर दरबार दे विच पेश करना है। तो ये जदों सारी वार्तालाप इत्थे पिंड दे विच हो रही सी ते इत्थों ही एक गुरसिख नौजवान निकल के इस सारी गल्लबात सुन के जदों भाई तारू सिंह जी तक पहुँचाउंदे ने ते भाई तारू सिंह जी आप ही नगर दे वल आ जांदे ने, हालांकि उन्हां दे कोले राह हैगा सी, उह भज के किसे होर पासे जा सकदे सी। विद्वान भी गल कहिंदे कहिंदे कि जो माता जी कोल आए ना छपाई ते माता जी ने उन्हां नूं पहिलां कहा प्रशादा छको जी, बिल्कुल, क्योंकि वह आउंदे जांदे राहगीरां नूं प्रशादा पानी छकाया करदे सन। उन्हां ने बड़ी निम्रता दे नाल बड़ी हलेमी दे नाल उन्हां नूं आख्या कि तुसीं वी साडे लई अपने पुत्तां दी वांग ही आण के पहिलां प्रशादा पानी छको, फिर अगलेरी जिहड़ी कारवाई कारवाई है जिवें वी ਤੁਹਾਨੂੰ ਲੱਗੇਗੀ ਤੁਸੀਂ ਉਹ ਕਰ ਸਕਦੇ ਹੋ। ਪਰ ਜਦੋਂ ਭਾਈ ਤਾਰੂ ਸਿੰਘ ਜੀ ਇੱਥੇ ਆਉਂਦੇ ਨੇ ਤੇ ਭਾਈ ਤਾਰੂ ਸਿੰਘ ਜੀ ਔਰ ਉਹਨਾਂ ਦਾ ਪਰਿਵਾਰਕ ਮੈਂਬਰ ਉਹਨਾਂ ਦੇ ਨਗਰ ਦੇ ਲੋਕ ਇਹ ਚੰਗੀ ਤਰ੍ਹਾਂ ਇਹ ਗੱਲ ਜਾਣਦੇ ਸਨ ਕਿ ਜਿਹੜਾ ਵੀ ਅੱਜ ਤੱਕ ਗੁਰੂ ਕਾ ਸਿੱਖ ਲਾਹੌਰ ਦਰਬਾਰ ਦੇ ਵਿੱਚ ਇੱਕ ਵਾਰ ਪੇਸ਼ ਹੋਇਆ ਮੁੜ ਦੁਬਾਰਾ ਉਹਦੀਆਂ ਪੈੜਾਂ ਵਾਪਸ ਨਹੀਂ ਆਉਂਦੀਆਂ, ਤੇ ਉਹ ਮਿਲਣੀ ਜਿਹੜੀ ਉਹ ਬੜੀ ਭਾਵਪੂਰਤ ਸੀ ਕਿਉਂਕਿ ਭਾਈ ਤਾਰੂ ਸਿੰਘ ਦੇ ਪਿਤਾ ਜੀ ਪਹਿਲਾਂ ਸ਼ਹੀਦ ਹੋ ਚੁੱਕੇ ਸਨ। ਉਹਨਾਂ ਨੇ ਆਪਣੀ ਮਾਤਾ ਦੀ ਆਪਣੀ ਭੈਣ ਦੀ ਸਾਰੀ ਜ਼ਿੰਮੇਵਾਰੀ ਪਿੰਡ ਦੇ ਕੁਝ ਲੋਕਾਂ ਨੂੰ ਸੌਂਪ ਕੇ ਤੇ ਮਾਂ ਨੂੰ ਆਖੀਰਲੀ ਫਤਿਹ ਬੁਲਾਈ ਤੇ ਮਾਂ ਨੇ ਭੈਣ ਨੇ ਜਦੋਂ ਭਰੇ ਹੋਏ ਗੱਚ ਦੇ ਨਾਲ ਭਾਈ ਤਾਰੂ ਸਿੰਘ ਨੂੰ ਵਿਦਾ ਕੀਤਾ ਤੇ ਭਾਈ ਤਾਰੂ ਸਿੰਘ ਨੇ ਇੱਕੋ ਹੀ ਗੱਲ ਆਖੀ ਸੀ ਕਿ ਮਾਂ ਜਦੋਂ ਤੁਹਾਨੂੰ ਆਪਣੇ ਪੁੱਤਰ ਦੀ ਯਾਦ ਆਵੇ ਚੇਤਾ ਆਵੇ ਤੇ ਆਪਣੀ ਸੁਰਤ ਨੂੰ ਸਰਹੰਦ ਦੀਆਂ ਦੀਵਾਰਾਂ ਦੇ ਵਿੱਚ ਚਿਨੇ ਹੋਏ ਬਾਬਾ ਜ਼ੋਰਾਵਰ ਸਿੰਘ ਤੇ ਫਤਿਹ ਸਿੰਘ ਵੱਲ ਲੈ ਕੇ ਜਾਇਓ, ਤੇ ਮਾਂ ਨੇ ਆਖਿਆ ਪੁੱਤਰਾ ਤੇਰੇ ਤੇ ਮਾਣ ਹੈ, ਤੇ ਭਾਈ ਤਾਰੂ ਸਿੰਘ ਨੇ ਵੀ ਆਖਿਆ ਵੀ ਮਾਂ ਮੈਂ ਤੇਰੇ ਦੁੱਧ ਨੂੰ ਲਾਜ ਨਹੀਂ ਲੱਗਣ ਦਿੰਦਾ, ਹਕੂਮਤ ਨੇ ਜਿਹੜੀ ਜ਼ਬਰ ਦੀ ਭੱਠੀ ਬਾਲੀ ਹੋਈ ਹੈ ਉਹਨੂੰ ਆਪਣਾ ਖੂਨ ਫਾ ਕੇ ਠੰਡਾ ਕਰਾਂਗਾ ਜੀ। ਫਿਰ ਉਸ ਤੋਂ ਬਾਅਦ ਜੋ ਗ੍ਰਿਫਤਾਰੀ ਹੁੰਦੀ ਫਿਰ ਉਹ ਭਾਈ ਸਾਹਿਬ ਨੂੰ ਕਾਫੀ ਤਸ਼ੱਦਦ ਸਹਿਣਾ ਪਿਆ, ਉਹ ਸਾਰੀ ਘਟਨਾ ਆਮ ਤੌਰ 'ਤੇ ਇਹੀ ਗੱਲ ਸਾਨੂੰ ਬੜੇ ਵੱਡੇ ਰੂਪ ਦੇ ਵਿੱਚ ਮਿਲਦੀ ਹੈ ਕਿ ਭਾਈ ਤਾਰੂ ਸਿੰਘ ਦੀ ਖੋਪਰੀ ਜਿਹੜੀ ਲਾ ਦਿੱਤੀ ਗਈ, ਬਿਲਕੁਲ ਖੋਪਰ ਉਹਨਾਂ ਦਾ ਲੱਥਾ ਹੈ, ਪਰ ਉਹਨਾਂ ਦਾ ਖੋਪਰ ਲਾਉਣ ਤੋਂ ਪਹਿਲਾਂ ਉਹਨਾਂ ਨੂੰ ਚਰਖੀ 'ਤੇ ਚਾੜਿਆ ਗਿਆ, ਉਹਨਾਂ ਦਾ ਜਿਹੜਾ ਦਰਸ਼ਨੀ ਸਰੀਰ ਸੀ ਉਹਨੂੰ ਨੂੜ ਕੇ ਰੱਖ ਦਿੱਤਾ ਗਿਆ ਜੀ। ਔਰ ਜਦੋਂ ਚਰਖੀ ਤੋਂ ਲਾਹ ਕੇ ਉਹਨਾਂ ਨੂੰ ਮੁੜ ਦੁਬਾਰਾ ਪੁੱਛਿਆ ਕਿ ਤੁਸੀਂ ਦੀਨੇ ਇਸਲਾਮ ਕਬੂਲ ਕਰਦੇ ਹੋ, ਆਪਣਾ ਧਰਮ ਛੱਡਦੇ ਹੋ, ਤੇ ਭਾਈ ਤਾਰੂ ਸਿੰਘ ਨੇ ਆਖਿਆ ਕਿ 4 ਦਿਨਾਂ ਦੀ ਜ਼ਿੰਦਗੀ ਦੇ ਬਦਲੇ ਮੈਂ ਆਪਣੇ ਧਰਮ ਨੂੰ ਆਪਣੇ ਗੁਰੂ ਨੂੰ ਪੇਠ ਦੇ ਦੇਵਾਂ, ਇਹ ਤਾਂ ਹੋ ਹੀ ਨਹੀਂ ਸਕਦਾ, ਇਹ ਸੌਦਾ ਬੜਾ ਸਸਤਾ ਹੈ ਅਤੇ ਐਡਾ ਸਸਤਾ ਸੌਦਾ ਮੈਂ ਗੁਰੂ ਦਾ ਸਿੱਖ ਹੋਣ ਦੇ ਨਾਤੇ ਨਹੀਂ ਕਰ ਸਕਦਾ, ਮੈਂ ਆਪਣੇ ਧਰਮ ਦੇ ਵਿੱਚ ਰਹਿ ਕੇ ਮਰਾਂਗਾ, ਚਾਹੇ ਤੁਸੀਂ ਮੈਨੂੰ ਜਿਹੜਾ ਵੀ ਤਸ਼ੱਦਦ ਮੇਰੇ ਉੱਤੇ ਕਰਨਾ ਹੈ ਮੈਂ ਬਿਲਕੁਲ ਤਿਆਰ ਹਾਂ। ਫਿਰ ਉੱਥੇ ਜਲਾਦ ਨੂੰ ਮੰਗਾਇਆ ਗਿਆ ਚਰਖੀ ਤੋਂ ਲਾਹ ਕੇ ਉਹਨਾਂ ਨੂੰ, ਜਦੋਂ ਨੀਮ ਬੇਹੋਸ਼ੀ ਦੀ ਹਾਲਤ ਤੋਂ ਹਾਲਤ 'ਚੋਂ ਫਿਰ ਦੁਬਾਰਾ ਬਾਹਰ ਆਉਂਦੇ ਨੇ, ਹੋਸ਼ ਦੇ ਵਿੱਚ ਆਉਂਦੇ ਨੇ, ਸਿੱਖਾਂ ਤੱਤੀਆਂ ਸਿੱਖਾਂ ਦੇ ਨਾਲ ਅਤੇ ਜੰਬੂਰਾਂ ਦੇ ਨਾਲ ਉਹਨਾਂ ਦੇ ਮਾਸ ਨੂੰ ਨੋਚਿਆ ਗਿਆ, ਫਿਰ ਇੱਥੋਂ ਮੁੜ ਦੁਬਾਰਾ ਫਿਰ ਉਹਨਾਂ ਨੂੰ ਹਕੂਮਤ ਦਾ ਜਿਹੜਾ ਉੱਥੇ ਬਣਿਆ ਹੋਇਆ ਕੈਦ ਖਾਨਾ ਸੀ ਉਹਦੇ ਵਿੱਚ ਰੱਖਿਆ ਗਿਆ, ਫਿਰ ਦੁਬਾਰਾ ਉਹਨਾਂ ਨੂੰ ਅਗਲੇਰੀ ਪੇਸ਼ੀ ਜਿਹੜੀ ਉਹਨਾਂ ਦੀ ਕਚਹਿਰੀ ਦੇ ਵਿੱਚ ਹੁੰਦੀ ਉੱਥੇ ਕਿਹਾ ਜਾਂਦਾ ਕਿ ਤੁਸੀਂ ਆਪਣੇ ਧਰਮ ਨੂੰ ਛੱਡ ਦਿਓ, ਪਰ ਭਾਈ ਤਾਰੂ ਸਿੰਘ ਨੇ ਆਖਿਆ ਕਿ ਨਹੀਂ ਸਾਡੀ ਸਿੱਖੀ ਕੇਸਾਂ ਸਵਾਸਾਂ ਸੰਗ ਨਿਭੇਗੀ। ਫਿਰ ਛਪਾਈ ਨੂੰ ਇਹ ਜਦੋਂ ਕਿਹਾ ਗਿਆ ਕਿ ਤੁਸੀਂ ਕਾਜ਼ੀ ਨੂੰ ਬੁਲਾ ਕੇ ਲੈ ਕੇ ਆਓ, ਕਾਜ਼ੀ ਨੇ ਫਤਵਾ ਪੜ੍ਹਿਆ, ਇਹ ਗੱਲ ਕਹੀ ਗਈ ਕਿ ਇਹਨਾਂ ਦਾ ਜਿਉਂਦੇ ਜੀ ਖੋਪਰ ਉਤਾਰ ਦਿੱਤਾ ਜਾਵੇ। ਖੋਪਰ ਤੋਂ ਬਾਅਦ ਫਿਰ ਕਹਿੰਦੇ ਜ਼ਕਰੀਆ ਖਾਨ ਨੂੰ ਵੀ ਤੜਫ ਤੜਫ ਕੇ ਮਰਨਾ ਪਿਆ। ਸਾਡੇ ਇਤਿਹਾਸਕਾਰ ਲਿਖਦੇ ਨੇ ਕਿ ਭਾਈ ਤਾਰੂ ਸਿੰਘ ਨੂੰ ਜਦੋਂ ਉਹਨਾਂ ਦੀ ਖੋਪਰੀ ਲਾ ਕੇ ਕਚਹਿਰੀ ਦੇ ਬਾਹਰ ਬਾਰ ਖਾਈ ਦੇ ਵਿੱਚ ਸੁੱਟ ਦਿੱਤਾ ਗਿਆ, ਉੱਥੇ ਉਹ ਕੁਝ ਦਿਨ ਨੀਮ ਬੇਹੋਸ਼ੀ ਦੀ ਹਾਲਤ ਦੇ ਵਿੱਚ ਲਏ, ਉਸ ਵੇਲੇ ਦੇ ਜਿਹੜੇ ਗੁਰਸਿੱਖ ਸਨ ਉਹਨਾਂ ਨੇ ਉਹਨਾਂ ਦਾ ਦਵਾ ਦਾਰੂ ਦਾ ਪ੍ਰਬੰਧ ਕੀਤਾ, ਅਤੇ ਉੱਧਰ ਜ਼ਕਰੀਆ ਖਾਨ ਨੂੰ ਪਿਸ਼ਾਬ ਦਾ ਬੰਨ ਪਿਆ ਸੀ। ਗੁਰੂ ਕੇ ਖਾਲਸੇ ਨੇ ਇਹ ਮਤਾ ਕੀਤਾ ਕਿ ਜੇ ਜ਼ਕਰੀਆ ਖਾਨ ਨੂੰ ਆਪਣੀ ਗਲਤੀ ਦਾ ਅਹਿਸਾਸ ਹੈ ਤਾਂ ਫਿਰ ਭਾਈ ਤਾਰੂ ਸਿੰਘ ਦੀ ਜੁੱਤੀ ਕੁਝ ਸ਼ਰਤਾਂ ਦੇ ਤਹਿਤ ਉਹ ਭਾਈ ਸ਼ਵੇਕ ਸਿੰਘ ਦੇ ਰਾਹੀਂ ਉੱਥੇ ਭੇਜੀ ਗਈ, ਅਤੇ ਉਹ ਜੁੱਤੀਆਂ ਜਦੋਂ ਜ਼ਕਰੀਆ ਖਾਨ ਦੇ ਸਿਰ ਦੇ ਵਿੱਚ ਵੱਜਦੀਆਂ ਨੇ ਤਾਂ ਉਹਦੀ ਪਿਸ਼ਾਬ ਦੀ ਸਮੱਸਿਆ ਹੱਲ ਹੁੰਦੀ, ਔਰ ਇਹ ਜੁੱਤੀਆਂ ਜਦੋਂ ਜ਼ਕਰੀਆ ਖਾਨ ਦੇ ਸਿਰ ਦੇ ਵਿੱਚ ਪਈਆਂ ਅਤੇ 4 ਕੁ ਦਿਨ ਬਾਅਦ ਉਹ ਜਿਉਂਦਾ ਰਿਹਾ, ਅਤੇ ਫਿਰ ਉਹ
ਉਹਦੀ ਆਪਣੀ ਮੌਤ ਹੋ ਗਈ ਤੇ ਉਹਦੇ ਇਸ ਸੰਸਾਰ ਤੋਂ ਜਾਣ ਤੋਂ ਬਾਅਦ ਭਾਈ ਤਾਰੂ ਸਿੰਘ ਜੀ ਫਿਰ ਜਾਮੇ ਸ਼ਹਾਦਤ ਪੀਂਦੇ ਨੇ। ਲਹੂ ਨਾਲ ਲਿਖਿਆ ਹੋਇਆ ਇਤਿਹਾਸ ਆ, ਅੱਜ ਦੇ ਸਿੱਖ ਨੂੰ ਇੱਕ ਮੈਸੇਜ ਦੇਣਾ ਹੋਵੇ ਤੇ ਕੀ ਦੇਵਾਂਗੇ? ਭਾਈ ਤਾਰੂ ਸਿੰਘ ਜੀ ਦੇ ਜੀਵਨ ਤੋਂ ਬੜੀ ਵੱਡੀ ਸਾਨੂੰ ਸਿੱਖਿਆ ਮਿਲਦੀ ਹੈ ਕਿ ਭਾਈ ਤਾਰੂ ਸਿੰਘ ਜੀ ਨੇ ਆਪਣਾ ਖੋਪਰ ਤਾਂ ਲਹਾ ਲਿਆ ਪਰ ਆਪਣੇ ਧਰਮ ਨੂੰ ਤਿਲਾਂਜਲੀ ਨਹੀਂ ਦਿੱਤੀ। ਸਾਡਾ ਇਤਿਹਾਸ ਬੜਾ ਵੱਡਾ ਹੈ, ਬੜੇ ਮਾਣ ਦੇ ਨਾਲ ਬੜੇ ਫਖਰ ਦੇ ਨਾਲ ਅਸੀਂ ਅਰਦਾਸ ਦੇ ਵਿੱਚ ਇਹ ਬੋਲ ਪੜ੍ਹਦੇ ਹਾਂ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮੇ ਇਤਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਤੇ ਸਾਨੂੰ ਇਹਨਾਂ ਗੁਰੂ ਕੇ ਸਿੱਖਾਂ ਤੋਂ ਇਹੀ ਸਿੱਖਿਆ ਮਿਲਦੀ ਹੈ ਕਿ ਸਾਨੂੰ ਇਹ ਆਪਣੇ ਧਰਮ ਦੇ ਵਿੱਚ ਪਰਪੱਕ ਰਹਿਣਾ ਚਾਹੀਦਾ ਹੈ, ਸਾਨੂੰ ਬਾਣੀ ਬਾਣੀ ਅਤੇ ਆਪਣੀ ਖਾਲਸਾਈ ਵਿਰਾਸਤ ਦੇ ਨਾਲ ਜੁੜਨਾ ਚਾਹੀਦਾ, ਸਾਨੂੰ ਮਾਣ ਹੋਣਾ ਚਾਹੀਦਾ ਕਿ ਅਸੀਂ ਗੁਰੂ ਦੇ ਸਿੱਖ ਹਾਂ ਜੀ। ਸੋ ਇਹ ਸਨ ਭਾਈ ਸਾਹਿਬ ਭਾਈ ਨਿਰਮਲ ਸਿੰਘ ਜੀ ਜਿਨ੍ਹਾਂ ਨੇ ਅੱਜ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਦੀ ਅਦਭੁਤ ਸ਼ਹਾਦਤ ਨੂੰ ਸਾਡੇ ਨਾਲ, ਸਾਡੇ ਸੰਗਤਾਂ ਨਾਲ, ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਹੈ। ਅੱਜ ਦੀ ਵੀਡੀਓ ਬਣਾਉਣ ਦਾ ਸਾਡਾ ਮਕਸਦ ਕੀ ਹੈ, ਨਾਲ ਦੀ ਨਾਲ ਇੱਕ ਵਾਰੀ ਲੋਕੇਸ਼ਨ ਸਮਝਾ ਦੇਵਾਂ ਕਿ ਮਾਝੇ ਦੀ ਧਰਤੀ 'ਤੇ ਜਦੋਂ ਵੀ ਆਓ ਤਰਨ ਤਾਰਨ ਸ਼ਹਿਰ ਦੇ ਵਿੱਚ ਅਤੇ ਜ਼ਿਲ੍ਹਾ ਤਰਨ ਤਾਰਨ ਅਤੇ ਚੌਂਕ ਜਿਹੜਾ ਇਹਨੂੰ ਭਿੱਖੀਵਿੰਡ ਲੱਗੇ ਆ, ਭਿੱਖੀਵਿੰਡ ਦੇ ਵਿੱਚ ਤੁਸੀਂ ਆਉਣਾ ਅਤੇ ਭਿੱਖੀਵਿੰਡ ਤੋਂ ਸਿਰਫ ਦੋ ਢਾਈ ਕਿਲੋਮੀਟਰ ਦੀ ਦੂਰੀ 'ਤੇ ਇਹ ਪਿੰਡ ਜਿਹੜਾ ਪੂਲਾ ਵਸਿਆ ਹੋਇਆ ਜਿੱਥੇ ਅੱਜ ਵੀ ਭਾਈ ਸਾਹਿਬ ਜੀ ਦੀ ਖੁਸ਼ਬੂ ਜਿਹੜੀ ਆ ਉਹ ਵਸੀ ਹੋਈ ਆ। ਲੋਕ ਆਉਂਦੇ ਨੇ ਦੂਰੋਂ ਦੂਰੋਂ, ਐਤਵਾਰ ਦੇ ਐਤਵਾਰ ਸੰਗਤ ਆਉਂਦੀ ਹੈ, ਮੱਸਿਆ ਸੰਗਰਾਂਦ ਪੁੰਨਿਆ ਹਰ ਤਰ੍ਹਾਂ ਦੇ ਲੋਕ ਜਿਹੜੇ ਆ ਇੱਥੇ ਆ ਕੇ ਆਪਣੀਆਂ ਮੰਨਤਾਵਾਂ ਲੈ ਕੇ ਆਉਂਦੇ ਨੇ ਅਤੇ ਭਾਈ ਸਾਹਿਬ ਜੀ ਦੇ ਦਰਬਾਰ ਦੇ ਇਸ ਅਦਭੁਤ ਸ਼ਹਾਦਤ ਨੂੰ ਪ੍ਰਣਾਮ ਕਰਦੇ ਨੇ। ਅੱਜ ਦੀ ਵੀਡੀਓ ਬਣਾਉਣ ਦਾ ਸਾਡਾ ਮਕਸਦ ਸੀਗਾ ਕਿ ਦੇਸ਼ਾਂ ਵਿਦੇਸ਼ਾਂ ਵਿੱਚ ਜਿਹੜੇ ਲੋਕ, ਜਿਹੜੀਆਂ ਸੰਗਤਾਂ ਇਸ ਰੂਹਾਨੀ ਸ਼ਹਾਦਤ ਨੂੰ ਯਾਦ ਕਰਦੀਆਂ ਨੇ, ਦਰਸ਼ਨ ਨਹੀਂ ਕਰ ਸਕਦੀਆਂ, ਉਹਨਾਂ ਤੱਕ ਇਹ ਦਰਸ਼ਨ ਦਦਾਰ ਜਿਹੜੇ ਆ ਪਹੁੰਚਾਏ ਜਾਣ। ਅੱਜ ਦੀ ਵੀਡੀਓ ਬਣਾਉਣ ਦਾ ਸਾਡਾ ਮਕਸਦ ਇਹੀ ਸੀਗਾ। ਵੇਖਦੇ ਰਹੋ।